मेरा नाम सुरेंद्र कौर है जी। मैं गोविंदगढ़ की रहने वाली हूँ। मैंने पित्त पथरी की प्रॉब्लम सी, मैं बहुत फिरी, मेरे पिछले गुंजाइश नहीं सी ऑपरेशन कराने की। राणा हॉस्पिटल में कार्ड उत्ते फ्री ऑपरेशन होया, तो मैं इन्हों का बहुत धन्यवाद। ਤਰਜੀਤ ਕੌਰ ਆ ਜੀ, ਮੈਂ ਸੰਗਤਪੁਰ ਸੋਢੀਆਂ ਦੇ ਰਹਿਣ ਵਾਲੀ ਹਾਂ ਜੀ। ਕਾਫੀ ਚਿਰਾਂ ਤੋਂ ਜੀ ਮੇਰੇ ਦਰਦ ਰਹਿੰਦਾ ਤਾਂ ਪੱਥਰੀ ਦੇ, ਵੀ ਇਸ ਅਸੀਂ ਇਲਾਜ ਨਹੀਂ ਜੀ ਕਰਵਾ ਸਕਦੇ ਗਰੀਬ ਦੇ। ਸਾਨੂੰ ਪਤਾ ਲੱਗਿਆ ਜੀ ਇੱਥੇ ਵੀ ਰਾਣਾ ਹੋਸਪਿਟਲ 'ਚ ਸਾਡਾ ਇਲਾਜ ਹੋਇਆ ਜੀ। ਬਹੁਤ ਚੰਗਾ ਸਟਾਫ ਆ ਜੀ, ਬਹੁਤ ਢੰਗ ਨਾਲ ਜੀ ਉਹਨਾਂ ਨੇ ਸਾਡੀ ਉਹ ਕੀਤੀ ਆ, ਸਭ ਠੀਕ ਠਾਕ, ਬਹੁਤ ਢੰਗ ਨਾਲ ਸਾਡਾ ਆਪਰੇਸ਼ਨ ਕੀਤਾ ਜੀ। ਆਪਰੇਸ਼ਨ ਸਾਡਾ ਜੀ ਕਾਰਡ ਦਾ ਨਹੀਂ ਹੋਇਆ, ਸਾਡਾ ਕੋਈ ਪੈਸਾ ਨਹੀਂ ਜੀ ਲੱਗਿਆ ਹੈਗਾ। ਬਹੁਤ ਚੰਗੇ ਤਰੀਕੇ ਨਾਲ ਸਾਨੂੰ ਸਭ ਜੀ। ਮੇਰਾ ਨਾਮ ਬਬਲੀ ਆ। ਮੇਰੇ ਬਹੁਤ ਕਾਫੀ ਦਿਨਾਂ ਤੋਂ ਦਰਦ ਹੁੰਦਾ ਸੀ, ਅਤੇ ਗਰੀਬੀ ਕਰਕੇ ਮੈਂ ਆਪਰੇਸ਼ਨ ਨਹੀਂ ਕਰਾ ਸਕੀ। ਵੀ ਮੈਂ ਬਹੁਤ ਤੰਗੀ 'ਚ ਸੀ ਸਾਨੂੰ, ਵੀ ਸਾਨੂੰ ਕਿਸੇ ਨੇ ਦੱਸਿਆ ਵੀ ਰਾਣਾ ਹਸਪਤਾਲ 'ਚ ਜਾਓ, ਵੀ ਉੱਥੇ ਤੁਹਾਡਾ ਫ੍ਰੀ ਇਲਾਜ ਹੋਊਗਾ। ਵੀ ਇਸ ਕਰਕੇ ਅਸੀਂ ਇੱਥੇ ਆਏ, ਸਾਡੀ ਬਹੁਤ ਦੇਖਭਾਲ ਕੀਤੀ, ਬਹੁਤ ਵਧੀਆ ਹੋਸਪਿਟਲ ਆ, ਬਹੁਤ ਵਧੀਆ ਹਸਪਤਾਲ ਆ, ਸਾਨੂੰ ਬਹੁਤ ਵਧੀਆ ਲੱਗਿਆ, ਸਾਡੀ ਦੇਖਭਾਲ ਬਹੁਤ ਵਧੀਆ। ਮੇਰਾ ਨਾਮ ਸੁਰਵਿੰਦਰ ਕੌਰ ਹੈ ਜੀ। ਮੈਂ ਬਦੋਚੀ ਕਲਾਂ ਤੋਂ ਰਹਿਣ ਵਾਲੀ ਹਾਂ ਜੀ। ਮੈਨੂੰ ਬਹੁਤ ਸਮੇਂ ਤੋਂ ਪਿੱਤੇ ਦੀ ਪੱਥਰੀ ਦੀ ਪਰੇਸ਼ਾਨੀ ਹੋ ਰਹੀ ਸੀ ਜੀ। ਹੁਣ ਮੈਂ ਰਾਣਾ ਹੋਸਪਿਟਲ 'ਚ ਓਪਰੇਸ਼ਨ ਕਰਾ ਕੇ ਘਰ ਚੱਲੀ ਹਾਂ ਜੀ। ਮੈਂ ਇਹ ਸਟਾਫ ਦਾ ਬਹੁਤ ਧੰਨਵਾਦ ਕਰਦੀ ਹਾਂ। ਮੈਂ ਲਖਵੀਰ ਕੌਰ, ਅਸੀਂ ਖੰਨੇ ਦੇ ਰਹਿੰਦੇ ਹੋਏ ਹਾਂ। ਮੇਰੇ ਪਿੱਤੇ 'ਚ ਪੱਥਰੀਆਂ ਸੀਗੀਆਂ, 5 ਸਾਲ ਹੋ ਗਏ ਪੱਥਰੀ ਨੂੰ, ਅਤੇ ਅਸੀਂ ਸ਼ਨੀਵਾਰ ਨੂੰ ਆਏ ਸੀ, ਉਸ ਦਿਨ ਸਾਡਾ ਓਪਰੇਸ਼ਨ ਹੋ ਗਿਆ। ਬਹੁਤ ਵਧੀਆ ਸਟਾਫ ਆ, ਬਹੁਤ ਵਧੀਆ ਡਾਕਟਰ ਨੇ, ਸਾਰੇ ਬਹੁਤ ਹੀ ਪਿਆਰ ਕਰਦੇ ਨੇ, ਬਹੁਤ ਵਧੀਆ ਹੋਸਪਿਟਲ ਆ। ਹਰਜੀਤ ਕੌਰ, ਪਿੰਡ ਮਲੁੱਫਲ ਦੀ ਰਹਿਣ ਵਾਲੀ ਹਾਂ। ਮੇਰਾ ਰਾਣਾ ਹੋਸਪਿਟਲ ਸਰਹੰਦ ਵਿੱਚ ਓਪਰੇਸ਼ਨ ਹੋਇਆ ਹੈ ਪਿੱਤੇ ਦੀ ਪੱਥਰੀ ਦਾ। ਮੇਰਾ ਓਪਰੇਸ਼ਨ ਠੀਕ ਠਾਕ ਹੋ ਗਿਆ, ਮੈਂ ਹੁਣ ਆਪਣੇ ਘਰ ਜਾ ਰਹੀ ਹਾਂ। ਇੱਥੇ ਦਾ ਸਟਾਫ ਬਹੁਤ ਵਧੀਆ ਹੈ। ਮੇਰਾ ਨਾਮ ਅਮਨਦੀਪ ਕੌਰ ਹੈ, ਮੈਂ ਮਾਨੂਪੁਰ ਦੀ ਰਹਿਣ ਵਾਲੀ ਹਾਂ। ਅਤੇ ਮੈਨੂੰ ਕਾਫੀ ਟਾਈਮ ਤੋਂ ਪੱਥਰੀ ਦੀ ਸ਼ਿਕਾਇਤ ਸੀ, ਅਤੇ ਮੇਰਾ ਰਾਣਾ ਹੋਸਪਿਟਲ 'ਚ ਟ੍ਰੀਟਮੈਂਟ ਹੋਇਆ। ਸਟਾਫ ਵੀ ਕਾਫੀ ਅੱਛਾ ਇੱਥੇ, ਅਤੇ ਪੱਥਰੀ ਮੈਨੂੰ ਕਾਫੀ ਟਾਈਮ ਤੋਂ ਸੀ, ਇੱਥੇ ਵਧੀਆ ਲੱਗਾ ਮੈਨੂੰ ਆ ਕੇ, ਇੱਥੇ ਇਲਾਜ ਵਧੀਆ ਹੋਇਆ ਮੇਰਾ, ਅਤੇ ਅੱਜ ਮੈਨੂੰ ਡਿਸਚਾਰਜ ਮਿਲ ਰਿਹਾ।